ਖੈਰ ਹੁਣ ਗੱਲ ਪੰਜਾਬ ਕਾਂਗਰਸ ਦੀਆਂ ਮੁਸ਼ਕਲਾਂ ਦੀ। ਪੰਜਾਬ ਕਾਂਗਰਸ ਦੀਆਂ ਮੁਸ਼ਕਲਾਂ 'ਚ ਹੁਣ ਵਾਧਾ ਹੁੰਦਾ ਦਿਖਾਈ ਦੇ ਰਿਹਾ। ਪੰਜਾਬ ਕਾਂਗਰਸ 'ਚੋਂ ਬਾਹਰ ਕੀਤੇ ਦੋ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅਤੇ ਬੀਰ ਦਵਿੰਦਰ ਸਿੰਘ ਹੁਣ ਇੱਕਜੁੱਟ ਹੋ ਗਏ ਨੇ। ਕਾਂਗਰਸ ਤੋਂ ਬਾਹਰ ਕੀਤੇ ਦੋਨੋਂ ਆਗੂ ਇੱਕ ਦੂਜੇ ਨੂੰ ਭਰਾ ਦੱਸ ਰਹੇ ਨੇ। ਕਾਂਗਰਸ ਦੀ ਇਹ ਜੋੜੀ ਦੀ ਅਗਲੀ ਰਣਨੀਤੀ ਕੀ ਹੈ, ਆਓ ਜਾਣ ਲੈਂਦੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਨੂੰ ਵੰਗਾਰਨ ਤੇ ਪੰਜਾਬ ਕਾਂਗਰਸ 'ਚੋਂ ਬਾਹਰ ਕੀਤੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅਤੇ ਬੀਰ ਦਵਿੰਦਰ ਸਿੰਘ ਹੁਣ ਇੱਕਜੁੱਟ ਹੋ ਚੁੱਕੇ ਨੇ। ਇਸ ਜੋੜੀ ਵੱਲੋਂ ਭਰਾਵਾਂ ਵਾਲੀਆਂ ਜੱਫੀਆਂ ਪਾ ਕੇ ਕੀ ਦਾਅਵੇ ਕੀਤੇ ਜਾ ਰਹੇ ਨੇ, ਆਓ ਜਾਣ ਲੈਂਦੇ ਹਾਂ। ਦੇਖੋ, ਸਰਦਾਰ ਬੀਰ ਦਵਿੰਦਰ ਸਿੰਘ ਜੀ ਮੇਰੇ ਵੱਡੇ ਭਾਈ ਸਾਹਿਬ ਦਾ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਉਸਾਰੂ ਅਤੇ ਜੁਝਾਰੂ ਰੋਲ ਹੈ। ਪੰਜਾਬ ਦੀ ਵਿਧਾਨ ਸਭਾ ਦਾ ਬੈਸਟ ਪਾਰਲੀਮੈਂਟਰੀ ਅਵਾਰਡ ਉਹਨਾਂ ਨੂੰ ਮਿਲਿਆ। ਉਸ ਤੋਂ ਪਹਿਲਾਂ ਵੀ ਸਾਰਾ ਪੰਜਾਬ ਔਰ ਦੁਨੀਆ ਜਾਣਦੀ ਹੈ ਕਿ ਪੰਜਾਬ ਦੇ ਮਸਲਿਆਂ ਲਈ, ਸਿੱਖ ਇਸ਼ੂਜ਼ ਲਈ, ਕੌਮ 'ਤੇ ਆਈਆਂ ਹੋਈਆਂ ਵਿਪਤਾਵਾਂ ਲਈ, ਕਿਸਾਨੀ 'ਤੇ ਆਈਆਂ ਹੋਈਆਂ ਮੁਸ਼ਕਿਲਾਂ ਲਈ ਉਹਨਾਂ ਨੇ ਹਮੇਸ਼ਾ ਪਹਿਲਕਦਮੀ ਕਰਕੇ ਸੇਵਾ ਨਿਭਾਈ ਹੈ। ਕਿਉਂਕਿ ਇੱਕ ਐਕਸ਼ਨ ਹੋਇਆ ਪਾਰਟੀ ਦਾ ਸਾਡੇ ਖਿਲਾਫ ਸਾਈਮਲਟੇਨੀਅਸਲੀ ਆਲਮੋਸਟ ਉਹਨਾਂ ਦਿਨਾਂ ਦੇ ਫਰਕ ਨਾਲ, ਔਰ ਅਸੀਂ ਤਾਂ ਫਿਕਰਬੰਦੀ ਦਾ ਹੀ ਇਜ਼ਹਾਰ ਕੀਤਾ ਸੀ। ਜਗਮੀਤ ਹੋਰਾਂ ਨੇ ਵੀ ਉਹੀ ਕੀਤਾ ਸੀ, ਮੈਂ ਵੀ ਉਹੀ ਕੀਤਾ ਸੀ। ਨਤੀਜਾ ਇਹ ਹੋਇਆ ਕਿ ਸਾਨੂੰ ਦੋਵਾਂ ਨੂੰ ਪਾਰਟੀ ਵਿੱਚੋਂ ਨਾ ਕੋਈ ਨੋਟਿਸ, ਨਾ ਕੋਈ ਗੱਲਬਾਤ, ਨਾ ਕੋਈ ਟੈਲੀਫੋਨ। ਕਦੇ ਇਸ ਤਰ੍ਹਾਂ ਹੁੰਦਾ ਕੋਈ ਚੌਥੇ ਦਰਜੇ ਦੇ ਮੁਲਾਜ਼ਮ ਨੂੰ ਵੀ ਸਰਕਾਰ 'ਚੋਂ ਇਸ ਤਰ੍ਹਾਂ ਨਹੀਂ ਕੱਢ ਸਕਦਾ। 40-40 ਸਾਲ ਦਾ ਪੋਲੀਟੀਕਲ ਕੈਰੀਅਰ ਸਾਡਾ ਉਸ ਪਾਰਟੀ 'ਚ ਹੋਏ। ਅਸੀਂ ਸਾਰੀ ਜ਼ਿੰਦਗੀ ਜਿਹੜੀ ਹੈ ਆਪਣੀ, ਸਾਰੇ ਸੁੱਖ, ਆਰਾਮ, ਪਰਿਵਾਰ ਸਭ ਕੁਛ ਤਿਆਗ ਕੇ ਸਾਰਾ ਕੁਛ ਆਪਣੇ ਇਸ ਜਨ ਜੀਵਨ ਨੂੰ, ਇਸ ਪਬਲਿਕ ਲਾਈਫ ਨੂੰ ਦਿੱਤਾ। ਕਿਸੇ ਸਮੇਂ ਕਾਂਗਰਸ ਪਾਰਟੀ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ 'ਚ ਸ਼ੁਮਾਰ ਰਹੇ ਬਰਾੜ ਅਤੇ ਬੀਰ ਦਵਿੰਦਰ ਸਿੰਘ ਆਪਣੇ ਆਪ ਨੂੰ ਪੰਜਾਬ ਦੇ ਹਮਦਰਦ ਲੀਡਰ ਕੁਝ ਇਸ ਤਰ੍ਹਾਂ ਗਰਦਾਨ ਰਹੇ ਨੇ। ਪਿਛਲੇ 30 ਸਾਲ ਤੋਂ ਉਹਨਾਂ ਦੇ ਰੇਡੀਓ ਪ੍ਰੋਗਰਾਮਸ, ਉਹਨਾਂ ਦੇ ਟੈਲੀਵਿਜ਼ਨਸ, ਸਾਡੇ ਭੈਣ ਭਰਾ ਜਿਹੜੇ ਉੱਥੇ ਨੇ ਉਸ ਜਾਣਦੇ ਆ ਸਾਨੂੰ। ਅਸੀਂ 84 ਦੇ ਮੁੱਦਿਆਂ 'ਤੇ ਲੜੇ ਹਾਂ, ਅਸੀਂ ਨਹਿਰਾਂ SOIL ਦੇ ਇਸ ਜਿਹੜਾ ਪੰਜਾਬ ਦੀ ਸ਼ਾਹਰਗ ਜਿਹੜੀ ਇੱਕ ਤਰ੍ਹਾਂ ਨਾਲ ਉਹਨੂੰ ਖਤਮ ਕਰਨ ਦਾ ਉਪਰਾਲਾ ਸੀ ਹਕੂਮਤ ਵੱਲੋਂ, ਅਸੀਂ ਦੋਨਾਂ ਭਰਾਵਾਂ ਨੇ ਵਿਧਾਨ ਸਭਾ, ਲੋਕ ਸਭਾ, ਪਬਲਿਕ ਮੀਟਿੰਗਸ, ਪੰਜਾਬ ਦੇ ਮੇਲੇ, ਪੰਜਾਬ ਦੇ ਸੱਭਿਆਚਾਰਕ ਕੇਂਦਰਾਂ 'ਚ, ਪੰਜਾਬ ਦੀਆਂ ਯੂਨੀਵਰਸਿਟੀਜ਼ ਦੇ ਵਿੱਚ, ਵੀ ਹੈਵ ਬੀਨ ਟ੍ਰੇਨਡ ਫੋਰ ਪੰਜਾਬ। ਅਸੀਂ ਆਸ਼ੇ ਵਾਲੇ ਬੰਦੇ ਹੈ, ਅਸੀਂ ਟੀਚੇ ਦੀ ਪੂਰਤੀ ਲਈ ਕੰਮ ਕਰਨਾ ਚਾਹੁੰਦੇ ਹਾਂ। ਨੋ ਪੋਜੀਸ਼ਨ ਵਟਸੋਐਵਰ ਵਿਲ ਕਮ ਬਿਟਵੀਨ ਅਸ ਫੋਰ ਟੂ ਸੇਵ ਪੰਜਾਬ। ਅਸੀਂ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ ਚਾਹੁੰਦੇ ਹਾਂ। ਸਾਡੀ ਇੱਕ ਕਮਿਟਮੈਂਟ ਹੈ, ਅਸੀਂ ਮਰਦੇ ਮਰ ਜਾਂਗੇ, ਅਸੀਂ ਪੰਜਾਬ ਨੂੰ ਇਸ ਨਿਗਾਰ 'ਚੋਂ ਜ਼ਰੂਰ ਕੱਢਾਂਗੇ, ਔਰ ਪੰਜਾਬ ਜਿਹੜਾ ਹੈਗਾ ਉਹਦੇ 'ਚ ਸਹੀ ਮਾਨਿਆਂ 'ਚ ਪ੍ਰਜਾਤੰਤਰ ਜਿਹੜਾ ਹੈਗਾ ਉਹਨੂੰ ਲਿਆਉਣਾ ਅੱਜ ਦੀ ਸਭ ਤੋਂ ਵੱਡੀ ਮੰਗ ਹੈ। ਔਰ ਇਹ ਜਿਹੜੇ ਫਿਊਡਲਸ ਨੇ, ਇਹਨਾਂ ਤੋਂ, ਰਜਵਾੜਿਆਂ ਤੋਂ, ਫਿਊਡਲਸ ਤੋਂ, ਇਹਨਾਂ ਤੋਂ ਪੰਜਾਬ ਨੂੰ ਲਿਬਰੇਟ ਕਰਾਉਣਾ, ਪੰਜਾਬ ਦੀ ਮਿੱਟੀ ਨੂੰ ਲਿਬਰੇਟ ਕਰਾਉਣਾ, ਪੰਜਾਬ ਦੇ ਪੱਤੇ ਪੱਤੇ ਨੂੰ ਲਿਬਰੇਟ ਕਰਾਉਣਾ, ਇਹ ਅੱਜ ਪੰਜਾਬ ਦੀ ਧਰਤੀ ਸਾਤੋਂ ਡਿਮਾਂਡ ਕਰਦੀ ਹੈ। ਔਰ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ, ਔਰ ਅਸੀਂ ਇਹ ਪੰਜਾਬ ਨੂੰ ਇਸ ਨਿਗਾਰ ਦੇ ਵਿੱਚੋਂ ਲਿਬਰੇਟ ਕਰਵਾਓ। ਕਾਂਗਰਸ 'ਚੋਂ ਬਾਹਰ ਹੋਣ ਤੋਂ ਬਾਅਦ ਬਰਾੜ ਅਤੇ ਬੀਰ ਦਵਿੰਦਰ ਸਿੰਘ ਨੂੰ ਪੰਜਾਬ ਦਾ ਦਰਦ ਅੱਜ ਕੱਲ੍ਹ ਖੂਬ ਦਿਖਾਈ ਦੇ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਪੰਜਾਬ ਦੇ ਸੱਚੇ ਹਮਦਰਦ ਦੱਸ ਰਹੇ ਨੇ। ਪੰਜਾਬ ਦੀ ਆਵਾਮ ਨੂੰ ਜਗਮੀਤ ਬਰਾੜ ਅਤੇ ਬੀਰ ਦਵਿੰਦਰ ਸਿੰਘ ਦੇ ਦਾਅਵਿਆਂ 'ਤੇ ਕਿੰਨਾ ਕੁ ਵਿਸ਼ਵਾਸ ਹੈ, ਇਹ ਚੱਪੜ ਚਿੜੀ ਦੇ ਮੈਦਾਨ 'ਚ ਹੀ ਪਤਾ ਲੱਗੇਗਾ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।